ਇਹ ਸੰਸਾਰ ਵਿੱਚ ਆਖੇ ਬਿੱਲਾ ਦਾ ਬਿੱਲੀ ਇਹ ਗੱਲ ਕਹੇ ਕਿ ਭਾਈ ਮੈਂ ਹੁਣ ਮਾਸ ਖਾਣਾ ਛੱਡ ਦਿੱਤਾ ਹੈ ਮਾਸ ਖਾਂਦਾ ਨਹੀਂ ਮੈਂ ਤਾਂ ਹੁਣ ਦੁੱਧ ਪੀ ਲਿਆ ਰੋਟੀ ਖਾ ਲਈ ਇਹੋ ਜਿਹਾ ਖਾ ਪੀ ਕੇ ਗੁਜ਼ਾਰਾ ਕਰਦਾ ਆ ਪਰ ਭਾਈ ਸਾਹਿਬ ਕਹਿੰਦੇ ਮੂਸਾ ਦੇਖ ਪਾਛੇ ਦੌਰੇ ਧੀਰਣਾ ਧਰਤ ਹੈ ਜਦੋਂ ਚੂਹਾ ਦੇਖ ਲਏ ਸ਼ਿਕਾਰ ਨੂੰ ਦੇਖ ਲਵੇ ਕਹਿੰਦੇ ਹੌਸਲਾ ਨਹੀਂ ਧਰਦਾ ਉਹਦੇ ਪਿੱਛੇ ਹੀ ਦੌੜ ਪੈਂਦਾ ਹੈ ਪਿੱਛੇ ਹੀ ਭੱਜਾ ਜਾਂਦਾ ਹੈ ਉਹਨੂੰ ਪਕੜਨ ਲਈ ਛੱਡਿਆ ਉਹਨੇ ਉਹਨਾਂ ਚੇਰੇ ਜਿੰਨਾ ਚੇਰ ਉਹਦੀ ਮਾਰ ਥੱਲੇ ਨਹੀਂ ਆਇਆ ਉਹਨੂੰ ਦਿਖਾਈ ਨਹੀਂ ਦਿੱਤਾ ਉਹਨਾਂ ਚੇਰ ਉਹਨੇ ਉਹਨੂੰ ਛੱਡਿਆ ਜਦੋਂ ਦਿਸ ਪਿਆ ਉਹਨੂੰ ਪਕੜਨ ਵਾਸਤੇ ਪਿੱਛੇ ਦੌੜ ਪਿਆ दूजा प्रमान दें जैसे कौआ रीस कै मराल सभा जाये का वादा करे मैं हंसा वर्गा हो गया हंस भी तो उ मार दे बकरी गल मेरा थोड़ा जहा रंग काला कला ते डारी मार के ते जाके हंसा दी ਕਤਾਰ ਵਿੱਚ ਬੈਠ ਜੇ ਅਡਾਰ ਵਿੱਚ ਬੈਠ ਜੇ ਜਿੱਥੇ ਬਹੁਤੇ ਹੰਸ ਬੈਠਦੇ ਉਥੇ ਜਾ ਕੇ ਵੀ ਬੈਠਦਾ ਹੈ ਬਈਲੇ ਜੇ ਹੰਸ ਮਾਨ ਸਰੋਵਰ ਤੇ ਬੈਠਦੇ ਨੇ ਤੇ ਮੈਂ ਵੀ ਉਥੇ ਬੈਠ ਜਾਣਾ ਕਿੱਡੀ ਕੋ ਗੱਲ ਹੈ ਭਾਈ ਗੁਰਦਾਸ ਸਾਹਿਬ ਕਹਿੰਦਿਆ ਛਾਣ ਮੁਕ ਤਲ ਦੁਰ ਗੰਧ ਸਿਮਰਤ ਹੈ ਹੁਣ ਉਸ ਜਗ੍ਹਾ ਤੇ ਹੰਸਾਂ ਦੀ ਸਬਾ ਵਿੱਚ ਮਾਨਸ ਰੋਵਰ ਦੇ ਕਿਨਾਰੇ ਬੈਠ ਕੇ ਹੰਸ ਜਿਹੜਿਆ ਉਹ ਮੋਤੀ ਚੁੰਚਣ ਕੇ ਖਾਂਦੇ ਨੇ ਤੇ ਇਹਦੀ ਹੁਣ ਕੌਣ ਦੀ ਮੋਤੀ ਖਾਣਾ ਖੁਰਾਕ ਨਹੀਂ ਹੈ ਨਾ ਇਹਦੀ ਆਦਤ ਹੈ ਚਿੱਤ ਦੇ ਵਿੱਚ ਉਹਨਾਂ ਦੁਰਗੰਧੀ ਵਾਲੀਆਂ ਚੀਜ਼ਾਂ ਮਾੜੀਆਂ ਚੀਜ਼ਾਂ ਗੰਧ ਪਿਲ ਨੂੰ ਚਿਤਵਦਾ ਉਹ ਮਿਲੇ ਪੇਟ ਫੇਰ ਪੜੇਗਾ ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਕੋਈ ਦੁਸ਼ਟ ਆਦਮੀ ਿਰਖਾਲੂ ਵਿਕਾਰੀ ਦੁਰਾਚਾਰੀ ਇਹ ਢੋਲ ਵਜਾਉਂਦਾ ਫਿਰੇ ਮੈਂ ਤਾਂ ਛੱਡ ਦਿੱਤਾ ਹੈ ਸਭ ਕੋਈ ਦੁਰਾਚਾਰ ਵਿਕਾਰ ਬੁਰੀਾਈ ਕਰਨੀ ਭਾਈ ਸਾਹਿਬ ਕਹਿੰਦੇ ਜਦੋਂ ਸਮਾਂ ਮਿਲੇ ਨਾ ਉਹਨੂੰ ਸਮਾਂ ਨਹੀਂ ਮਿਲਿਆ ਜਦੋਂ ਸਮਾਂ ਮਿਲਦਾ ਫਿਰ ਭੱਜ ਕੇ ਉਧਰ ਨੂੰ ਦੌੜ ਜਾਂਦਾ ਜਿਵੇਂ ਬਿੱਲਾ ਚੂਹੇ ਦੇ ਮੰਗਰ ਕਿ ਤੇ ਉਹ ਸਤ ਸੰਗਤ ਵਿੱਚ ਆ ਕੇ ਬਹਿ ਜਾਂਦਾ ਹੈ ਭਾਈ ਇਹ ਵੀ ਤਾਂ ਬੰਦੇ ਬੈਠੇ ਨੇ ਬੈਠਣਾ ਮਵੇਂ ਬੈਠ ਜਾਂਣਾ ਹੈ ਗੁਰ ਸਿੱਖਾਂ ਦੀ ਸਭਾ ਸਤ ਸੰਗਤ ਦੇ ਵਿੱਚ ਹੀਰੇ ਮੋਤੀਆਂ ਦੀ ਖਰਾ ਕੇ ਗੁਰੂ ਕੇ ਬਚਨ ਹੁਣ ਉਸ ਮਨਮੁਖ ਦੀ ਦੁਸ਼ਟ ਦੀਵਕਾਰੀ ਦੀ ਦੁਰਾਚਾਰੀ ਦੀ ਟੁੱਟੇ ਹੋਏ ਦੇ ਇਕ ਖਰਾਕ ਨਈ ਉਚਿਤ ਵਿਦਇ ਨਿੰਦਿਆ ਨੂੰ ਚੁਗਲੀ ਨੂੰ ਈਰਖਾ ਨੂੰ ਦੁਰਾਚਾਰ ਨੂੰ ਵਿਕਾਰਾਂ ਨੂੰ ਬਦਫੈਲੀਆਂ ਨੂੰ ਉਸ ਸੰਗਤ ਦੀ ਸਭਾ ਵਿੱਚ ਆ ਕੇ ਵੀ ਉਹਨਾਂ ਨੂੰ ਚਿਤਵਦਾ ਰਹਿੰਦਾ ਹੈ ਜੈਸੇ ਮੋਨ ਗਹਿ ਸਿਆਰ ਕਰਤ ਅਨੇਕ ਯਤਨ ਕਹਿੰਦੇ ਗਿੱਦੜ ਬੜਾ ਯਤਨ ਕਰੇ ਚੁੱਪ ਧਾਰਨ ਕਰ ਲਵੇ ਬਈ ਮੈਂ ਸਾਰਿਆਂ ਦਾ ਸਰਦਾਰ ਬਣ ਗਿਆ ਤੇ ਚੁੱਪ ਕੀਤਾ ਰਹਿ ਤੇ ਸਾਰੇ ਯਤਨ ਕਰੇ ਪਰ ਕਹਿੰਦੇ ਸੁੰਨਤ ਸਿਆਰ ਭਾਖਿਆ ਰਹੋ ਨਾ ਪਰਤ ਹੈ ਕਹਿੰਦੇ ਬਈ ਉਹ ਗਿੱਦੜ ਨੇ ਜਦੋਂ ਗਿੱਦੜਾਂ ਦੀ ਆਵਾਜ਼ ਸੁਣੀ ਨਾ ਕੰਨਾਂ 'ਚ ਪਈ ਉਹਦੇ ਤੋਂ ਰਿਆ ਨਾ ਗਿਆ ਉਵੇਂ ਚੀਕਾਂ ਮਾਰਨ ਲੱਗ ਪਿਆ ਉਵੇਂ ਬੋਲਣ ਲੱਗ ਪਿਆ ਮਹਾਪੁਰਸ਼ ਅਰਥ ਸਮਝਾਉਂਦੇ ਆ ਇੱਕ ਵਿਚਾਰ ਸਮਝਾਇਆ ਕਰਦੇ ਸਨ ਕਹਿੰਦੇ ਲਲਾਰੀ ਦੇ ਮੱਟ ਵਿੱਚ ਗਿੱਦੜ ਡਿੱਗ ਪਿਆ ਤੇ ਉਹਦਾ ਰੰਗ ਹੂਰ ਹੋ ਗਿਆ ਤੇ ਉਹ ਦੂਜਿਆਂ ਦਾ ਜਾ ਕੇ ਸਰਦਾਰ ਜੰਗਲ ਚ ਬਣ ਗਿਆ ਤੇ ਸਾਰੇ ਉਹਦੇ ਤੋਂ ਡਰਨ ਰੰਗ ਹੂਰ ਨੂ ਹੋਇਆ ਤੇ ਚੁੱਪ ਧਾਰਨ ਕਰ ਛੱਡੀ ਕਹਿੰਦੇ ਇੱਕ ਦਿਨ ਐਸਾ ਹੋਇਆ ਸਾਰੇ ਉਹਦਾ ਭੈ ਭੀਤ ਮੰਨਿਆ ਕਰਨ ਜਿੰਨੇ ਗਿੱਦੜ ਹੋਰ ਜਾਨਵਰ ਪੀਏ ਪਤਾ ਨਹੀਂ ਹੋਰ ਦੇ ਰੰਗ ਦਾ ਬਾਦਸ਼ਾ ਆ ਗਿਆ ਕਹਿੰਦੇ ਇੱਕ ਦਿਨ ਐਸਾ ਹੋਇਆ ਉਹਦਾ ਭਾਈ ਚਾਰਾ ਚੀਕਾਂ ਮਾਰੇ ਖੁਸ਼ੀਆਂ ਮਨਾਵੇ ਰੌਲਾ ਪਾਵੇ ਤੇ ਉਹਦੇ ਤੋਂ ਰਿਆ ਨਾ ਗਿਆ ਗਿੱਦੜ ਵਾਲੀ ਚੀਕ ਉਹਨੇ ਆਪ ਹੀ ਮਾਰਤੀ ਤੇ ਸਾਰਿਆਂ ਨੇ ਖਿੱਚ ਲਿਆ ਉਥੋਂ ਉਹਦੇ ਤੋਂ ਖਿੱਚ ਲਿਆ ਭਾਈ ਸਾਹਿਬ ਵੀ ਕਹਿੰਦੇ ਆ ਗਿੱਦੜ ਜਿੰਨਾ ਮਰਜੀ ਆਪਣਾ ਆਪ ਛਪਾ ਲਵੇ ਪਰ ਉਹਦੀ ਭਾਖਿਆ ਬੋਲੀ ਨੂੰ ਸੁਣ ਕੇ ਦੂਜਿਆਂ ਦੀ ਅੰਦਰੋਂ ਦੀ ਆਵਾਜ਼ ਵੀ ਨਿਕਲ ਆਉਂਦੀ ਏ ਮਨਮੁਖ ਜਿੰਨਾ ਮਰਜੀ ਆਪਣੇ ਆਪ ਨੂੰ ਛਪਾ ਲੈ ਜਦੋਂ ਉਹਦੇ ਆ ਉਹਨੂੰ ਮਾਹੌਲ ਮਿਲਦਾ ਹੈ ਸਭਾ ਮਿਲਦੀ ਏ ਉੱਥੇ ਉਹਦੇ ਅੰਦਰ ਦੇ ਵਿਚਾਰ ਬਾਹਰ ਆ ਜਾਂਦੇ ਆ ਮਨਮੁਖਾਂ ਵਾਲੇ ਦੁਰ ਵਿਚਾਰ ਬਾਹਰ ਆ ਜਾਂਦੇ ਨੇ ਭਾਈ ਸਾਹਿਬ ਚੌਥਾ ਪਰਮਾਨੰਦ ਦੇ ਤੈ ਸੋਹੀ ਪਰ ਤਨ ਪਰ ਧਨ ਦੁੱਖ ਨਾ ਤਰਦੁਖ ਮਾਨ ਕਹਿੰਦੇ ਇਸ ਤਰ੍ਹਾਂ ਤਿੰਨੇ ਦੋਸ਼ ਪ੍ਰਾਇ ਤਨ ਨੂੰ ਤੱਕਣਾ ਪ੍ਰਾਇ ਧਨ ਨੂੰ ਤੱਕਣਾ ਪਰ ਨਿੰਦਾ ਕਰਨੀ ਕਹਿੰਦੇ ਇਹ ਤਿੰਨੇ ਦੋਸ਼ ਜਿਹੜੇ ਨੇ ਮਨ ਦੇ ਅੰਦਰ ਪਾਏ ਜਾਂਦੇ ਨੇ ਕਹਿਤ ਹੈ ਛੱਡਿਓ ਚਾਹੇ ਕਹਿੰਦਾ ਹਰ ਮਨੁੱਖ ਮੈਂ ਛੱਡ ਦਿੱਤਾ ਮੈਂ ਨਹੀਂ ਇਹ ਕਰਦਾ ਦੂਰ ਹਾਂ ਪਰ ਕਹਿੰਦੇ ਟੇਵ ਨਾ ਟਰਤ ਹੈ ਅੰਦਰ ਦੀ ਆਦਤ ਨਹੀਂ ਜਾਂਦੀ ਅੰਦਰ ਦੀ ਆਦਤ ਨਹੀਂ ਜਾਂਦੀ ਬਾਹਰੋਂ ਕਹਿੰਦਾ ਅੰਦਰੋਂ ਮਨ ਭੌਂ ਭੌਂ ਕੇ ਉੱਥੇ ਚੱਕਰ ਕੱਟਦਾ ਹੈ ਉਧਰੇ ਖਿੱਚਦਾ ਹੈ ਉਸ ਪਾਸੇ ਨੂੰ ਖਿੱਚ ਕੇ ਲੈ ਜਾਂਦਾ ਹੈ ਮਨ ਨਹੀਂ ਖਿਆਲ ਛੱਡਦਾ ਭਾਈ ਸਾਹਿਬ ਅਗਲੇ ਕਵਿੱਤ ਦੇ ਦੁਆਰਾ ਕਿਰਪਾ ਕਰਦੇ ਆ ਇੱਥੇ ਸ਼ੰਦਾ ਬੰਦੀ ਦਾ ਨਿਜ਼ਮ ਭਾਈ ਸਾਹਿਬ ਨੇ ਝੋਲਣਾ ਵਰਤਿਆ ਹੋਇਆ ਹੈ ਝੋਲਣਾ ਔਰ ਭਾਈ ਸਾਹਿਬ ਕਹਿੰਦੇ ਸਿਮਰਤ ਪੁਰਾਨ ਕੋ ਟਨ ਬਖਨ ਨਮ ਬੋ ਪਰਿਪੂਰਨ ਪਰਮਾਤਮਾ ਦੀ ਗੱਲ ਕਰਦੇ ਮਹਾਰਾਜ ਨੇ ਬਾਣੀ ਅੰਦਰ ਵਚਨ ਕਹੇ ਜੋ ਪਟਾਣੇ ਕਿ ਪਰਮਾਤਮਾ ਦਾ ਅੰਤ ਨਹੀਂ ਕੋਈ ਪਾ ਸਕਦਾ ਅੰਤ ਨਪਾਵਤ ਦੇਵ ਸਭੈ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਨਾ ਇੰਦਰ ਨਾ ਦੇਵਤੇ ਉਦਾ ਅੰਤ ਨਹੀਂ ਪਾ ਸਕਦੇ ਪਰਮਾਤਮਾ ਦਾ ਇੱਥੇ ਭਾਈ ਗੁਰਦਾਸ ਸਾਹਿਬ ਵੀ ਇਹੀ ਵਚਨ ਦਰੜ ਕਰਾ ਰਹੇ ਕਹਿੰਦੇ ਨੇ 27 ਸਿਮਰਤियां ਕਈਆਂ 31 ਵੀ ਲਿਖੀਆਂ ਹੋਈਆਂ ਨੇ ਪਰ 27 ਪ੍ਰਚਲਤ ਨੇ ਕਹਿੰਦੇ 27 ਸਿਮਰਤੀਆਂ 18 ਪੁਰਾਨ ਬਖਾਨ ਬਹੁ ਬਹੁਤ ਵਿਚਾਰਾਂ ਦਿੰਦੇ ਨੇ ਭਗਵਤ ਬੇਦ ਵਿਆਕਰਨ ਔਰ ਭਗਵਤ ਪੁਰਾਨ ਚਾਰ ਬੇਦ ਨੌ ਪ੍ਰਕਾਰ ਦੀ ਵਿਆਕਰਨ ਆਦ ਤੇ ਗੀਤਾ ਇਹ ਸਾਰੇ ਦੇ ਸਾਰੇ ਵਖਿਆਨ ਕਰਦੇ ਨੇ ਬਹੁਤ ਵਿਚਾਰ ਦਿੰਦੇ ਆ ਸ਼ੇਸ਼ ਮਰਜ ਜਿਸ ਅਖਲੇਸ ਸੁਰ ਮਹੀਸ ਮਨ ਸ਼ੇਸ਼ ਤੋ 파ਵੇ ਸ਼ੇਸ਼ਨਾਗ ਜਿਹਦਾ 1000 ਮੂੰਹ 2000 ਜੇਬਾ ਤੇ ਵਿਦਵਾਨ ਮਹਾਂਪੁਰਸ਼ ਵਿਚਾਰ ਪੜਾਉਂਦਿਆਂ ਸਮਝਾਉਂਦਿਆਂ ਕੀ ਕਰਦੇ ਸਨ ਬਈ ਉਹ ਇੱਕ ਵੇਰੀ ਸ਼ੇਸ਼ਨਾਗ ਜਿਹੜਾ ਨਾਮ ਲੈ ਲਵੇ ਉਹ ਦੂਰੀ ਏੜ ਨਹੀਂ ਲੈਂਦਾ ਨਵਾਂ ਨਾਮ ਉਚਾਰਦਾ ਹੈ ਕਹਿੰਦੇ ਐਸਾ ਜਿਹੜਾ ਛੇਸ਼ਨਾਗ ਉਹ ਵੀ ਉਸਤਤ ਕਰਦਾ ਤੇ ਮਰਜੇਸ ਮਰਜੇਸ ਦਾ ਅਰਥ ਧਰਮਰਾਜ ਉਹ ਵੀ ਰੱਬ ਦੀ ਉਸਤਤ ਕਰਦਾ ਅਖਲੇਸ਼ ਦਾ ਅਰਥ ਹੈ ਕਬੀਰ ਕਬੀਰ ਆਦ ਉਹ ਵੀ ਉਸਤਤ ਕਰਦਾ ਸੁਰ ਜਿੰਨੇ ਦੇਵਤੇ ਨੇ ਜਿੰਨੇ ਦੇਵਤੇ ਨੇ ਸਾਰੇ ਰੱਬ ਨੂੰ ਧਿਆਉਂਦਿਆ ਮਹੀਸ਼ ਔਰ ਸ਼ਿਵਜੀ ਤੋਂ ਆਦ ਉਹ ਵੀ ਰੱਬ ਨੂੰ ਧਿਆਉਂਦੇ ਆ ਮਨ Muni ਮੰਨੇ ਨੇ ਸੱਤ ਕਹਿੰਦੇ ਸੱਤੋਂ Muni ਵੀ ਜਿਹੜੇ ਵੱਡੇ ਗਿਣਤੀ ਵਿੱਚ ਨੇ ਉਹ ਵੀ ਧਿਆਉਂਦੇ ਨੇ ਜਗਤ ਸੰਸਾਰ ਸਾਰਾ ਅਰ ਭਗਤ ਜਿੰਨੇ ਪਰਮਾਤਮਾ ਦੀ ਭੈ ਦੇ ਵਿੱਚ ਚੱਲਣ ਵਾਲੇ ਭੈ ਨੂੰ ਮੰਨਣ ਵਾਲੇ ਪ੍ਰੇਮ ਨਾਲ ਭਗਤੀ ਕਰਨ ਹਾਰੇ ਔਰ ਸੁਰ ਨਰ ਸੁਰ ਦੇਵਤੇ ਨਰ ਮਨੁੱਖ ਅਤੀਤਾ ਦਤਾ ਤ੍ਰੇ ਵਰਗੇ ਅਤੀਤ ਬਿਰਾਗੀ ਤਿਆਗੀ ਜਿਹੜੇ ਆਪਦੇ ਆਪ ਨੂੰ ਜਾਣਦੇ ਕੀ ਸਿਮਰਤੀਆਂ ਕੀ ਪੁਰਾਣੇ ਕੀ ਔਰ ਭਗਵਤ ਕੀ ਬੇਦ ਨੇ ਕੀ ਵਿਆਕਰਨ ਹੈ ਕੀ ਗੀਤਾ ਹੈ ਕੀ ਇਹ ਸਭੋ ਰਿਸ਼ੀ ਮੁਨੀ ਪੀਰ ਪਕੰਬਰ ਔਲੀਏ ਅਵਤਾਰ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਸਾਰੇ ਰੱਬ ਨੂੰ ਧਿਆਉਂਦੇ ਸਾਰੇ ਸਾਰੇ ਦੇ ਸਾਰੇ ਉਹਦੇ ਗੁਣ ਗਾਉਂਦੇ ਉਹਦੀਆਂ ਗੱਲਾਂ ਕਰਦੇ ਕੰਦੇ ਗਿਆਨ ਅਰ ਧਿਆਨ ਉਨ ਮਨ ਉਨ ਮਨ ਉਕਤ ਬੜਾ ਗਿਆਨ ਗ੍ਰੰਥਾਂ ਨੂੰ ਪੜ ਪੜ ਕੇ ਬੜਾ ਧਿਆਨ ਧਿਆਨੀ ਕਹਾਉਂਦੇ ਟਿਕਾ ਟਿਕਾ ਕੇ ਧਿਆਨ ਤੇ ਬਹੁਤ ਉਗਤੀਆਂ ਜੁਗਤੀਆਂ ਦਲੀਲਾਂ ਦਾੰਦੇ ਤੇ ਮਨ ਨੂੰ ਰੋਕ ਕੇ ਸਮਾਧੀ ਸਥਿਤ ਹੁੰਦੇ ਰਾਗ ਨਾਦ ਬੜੇ ਪ੍ਰੇਮ ਨਾਲ ਅ ਰਾਗ ਆਲਾਪ ਦੇ ਨੇ ਤੇ ਰਾਗਾ ਨੂੰ ਅਲਾਪ ਦੇ ਧੁਨਾਂ ਨੂੰ ਸੁਣਦੇ ਦਿਜ ਸੁਰਪਤ ਨੀਤਾ ਦਿਜ ਵਿਦਵਾਨ ਦਿਜ ਦਾ ਅਰਥ ਬ੍ਰਹਮਣ ਤੇ ਪੰਡਿਤ ਲਕਬ ਵਿਦਵਾਨ ਨੂੰ ਇਹ ਮਿਲਦਾ ਸੀ ਇੱਥੇ ਅਰਥ ਕੀਤਾ ਵਿਦਵਾਨਾਂ ਨੇ ਵਿਦਵਾਨ ਤੇ ਸੁਰਪਤ ਬ੍ਰਸਪਤ ਵਰਗੇ ਜਿਹੜੇ ਸੁਰਾਂ ਦੇ ਦੇਵਤਿਆਂ ਦੇ ਮੁਖੀ ਦੇਵਤੇ ਬ੍ਰਸਪਤੀ ਵਰਗੇ ਉਹ ਨੀਤਾ ਹਰ ਰੋਜ਼ ਪਰਮਾਤਮਾ ਦਾ ਅਰਾਧਨ ਕਰਦੇ ਉਸਤੀ ਕਰਦੇ ਪੈ ਨੇ ਤੇ ਹੁਣ ਇਹਦਾ ਇਹ ਮਤਲਬ ਨਾ ਸਮਝ ਲੈਣਾ ਅਸੀਂ ਅਗਲਾ ਮਤਲਬ ਨਾ ਆਵਦੇ ਆ ਭੀ ਅਰਥ ਬੜੀ ਛੇਤੀ ਸਮ ਬਣਾ ਲੈਨੇ ਕਿ ਭੀ ਸ਼ੈਦ ਭਾਈ ਸਾਹਿਬ ਨੇ ਕਿਹਾ ਭੀ ਇਹਨਾਂ ਨੂੰ ਅਸੀਂ ਪੂਜ ਲਈਏ ਤੇ ਫਿਰ ਕੀ ਪੂਜਨ ਦੀ ਗੱਲ ਨਹੀਂ ਕੀਤੀ ਇੱਥੇ ਭਾਈ ਸਾਹਿਬ ਸਮਝਾਉਣਾ ਚਾਹੁੰਦੇ ਕੀ ਰੱਬ ਦਾ ਕਿਸੇ ਨੇ ਅੰਤ ਪਾ ਲਿਆ ਕੀ ਰੱਬ ਦਾ ਬੇਅੰਤ ਪਰਮਾਤਮਾ ਦੇ ਕੋਈ ਬਰਾਬਰ ਹੋ ਗਿਆ ਕੀ ਉਹਦਾ ਅੰਤ ਪਾ ਲਿਆ ਭਾਈ ਸਾਹਿਬ ਇਹ ਸਮਝਾਉਣਾ ਚਾਹੁੰਦੇ ਆ ਇਸ ਗੱਲ ਨੂੰ ਧਿਆਨ ਚ ਰੱਖਣਾ ਤਾਂ ਮੈਂ ਪਹਿਲਾਂ ਇਹ ਗੱਲ ਕਰ ਦਿੱਤੀ ਕਿ ਦੂਜਾ ਅਰਥ ਅਸੀਂ ਨਾ ਆਪਣਾ ਮਤਲਬ ਆਪਣੇ ਮਤਲਬ ਦੀ ਗੱਲ ਆਪ ਹੀ ਬਣਾ ਲੈਣੀ ਕਿ ਲਓ ਜੀ ਭਾਈ ਸਾਹਿਬ ਨੇ ਭਾਈ ਗੁਰਦਾਸ ਸਾਹਿਬ ਨੇ ਵੀ ਤਾਂ ਕਿਹਾ ਸੀ ਵੀ ਉਹ ਵੀ ਰੱਬ ਨੂੰ ਧਿਆਉਂਦੇ ਤੇ ਅਸੀਂ ਉਹਨਾਂ ਨੂੰ ਸਿੱਖ ਨੋ ਗੁਰੂ ਨਾਨਕ ਨਾਮ ਲੇਵਾ ਸਿੱਖ ਨੋ ਕਿਸੇ ਦਾ ਪੂਜਨ ਕਰਨ ਨੂੰ ਗੁਰਮਤ ਅਗਿਆ ਨਹੀਂ ਦਿੰਦੀ ਗੁਰੂ ਅਗਿਆ ਨਹੀਂ ਦਿੰਦਾ ਗੁਰੂ ਤੋਂ ਬਗੈਰ ਕਿਸੇ ਦਾ ਵੀ ਸਤਿਗੁਰੂ ਨੂੰ ਪੂਜੋ ਪਰਮਾਤਮਾ ਨੂੰ ਪੂਜੋ ਪੂਜੋ ਏਕ ਰਾਮ ਰਾਮ ਏਕ ਹੀ ਦੇਵਾ ਔਰ ਉਹਨੂੰ ਪੂਜੋ ਦੇਵ ਦੇਵਤਾਨ ਕੋ ਸਰੇਸ਼ ਦਨਵਨ ਕੋ ਮਹੀਸ ਦੰਡ ਧਾਰਕ ਹੀ ਅਤ ਹੈ ਉਹਨੂੰ ਪੂਜੋ ਪਰਮਾਤਮਾ ਨੂੰ ਖੈਰ ਸੰਖੇਪ ਕਰਾਂ ਔਰ ਭਾਈ ਸਾਹਿਬ ਚੌਥਾ ਪ੍ਰਮਾਨ ਦਿੰਦੇ ਨੇ ਇਹ ਝੋਲਣਾ ਦੇ ਅੰਦਰ ਛੰਦਾ ਬੰਦੀ ਦੇ ਨਿਜਮ ਅੰਦਰ ਕਹਿੰਦੇ ਅਰਦ ਲਗ ਮਾਤਰ ਗੁਰਬਦ ਅਖਰ ਮੇ ਕ ਭਾਈ ਸਾਹਿਬ ਕਹਿੰਦੇ ਇੱਕ ਹੁੰਦਾ ਸ਼ਬਦ ਪੂਰਾ ਤੇ ਇੱਕ ਸ਼ਬਦ ਦਾ ਅੱਧਾ ਹਿੱਸਾ ਤੇ ਅਦੇ ਹਿੱਸੇ ਚ ਇੱਕ ਹੁੰਦੀ ਪੂਰੀ ਮਾਤਰਾ ਲੱਗੀ ਤੇ ਇੱਕ ਅਰਧ ਅੱਧੀ ਮਾਤਰਾ ਭਾਈ ਗੁਰਦਾਸ ਸਾਹਿਬ ਇਹ ਕਹਿੰਦੇ ਜਿੰਨਿਆਂ ਦੀ ਉੱਪਰ ਗਿਣਤੀ ਕੀਤੀ ਨਾ ਗ੍ਰੰਥਾਂ ਦੀ ਦੇਵਤਿਆਂ ਦੀ ਪੀਰਾ ਪਕੰਬਰਾਂ ਦੀ ਭਾਈ ਗੁਰਦਾਸ ਸਾਹਿਬ ਕਹਿੰਦੇ ਰੱਬ ਦੇ ਬੋਲ ਦੇ ਅੱਧੀ ਮਾਤਰਾ ਦਾ ਵੀ ਇਹਨਾਂ ਨੇ ਅੰਤ ਨਹੀਂ ਪਾਇਆ ਬੇਅੰਤ ਪਰਮਾਤਮਾ ਦਾ ਅੰਤ ਪਾਉਣਾ ਪਰੇ ਦੀ ਗੱਲ ਹੈ ਅੱਧੀ ਮਾਤਰਾ ਦਾ ਵੀ ਪੂਰਾ ਸ਼ਬਦ ਅੱਗੇ ਆ ਕਹਿ ਲੱਗੇ ਅੱਧੀ ਮਾਤਰਾ ਵੀ ਪਰਮਾਤਮਾ ਦੀ ਜਿਹੜੀ ਆ ਨਾ ਉਹਦਾ ਅੰਤ ਨਹੀਂ ਪਾਇਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਾਂ ਇਹ ਦੁਗਾ ਪੁੰਚਾ ਦਿੰਦੇ ਕਹਿੰਦੇ ਰੱਬ ਦਾ ਅੰਤ ਪਾਉਣਾ ਬੜੀ ਵੱਡੀ ਗੱਲ ਏ ਬਹੁਤ ਵੱਡਾ ਏ ਉਹ ਜਿਹਦੇ ਤੇ ਰੱਬ ਕਿਰਪਾ ਕਰ ਦੇਵੇ ਰੱਬ ਨੂੰ ਕੋਈ ਅਰਾਧੇ ਤੇ ਰੱਬ ਉਹਦੇ ਤੇ ਰਹਿਮਤ ਕਰਕੇ ਆਪਣੀ ਬਖਸ਼ਿਸ਼ ਰਤਾਕੂ ਕਰ ਦੇਵੇ ਰਤਾਕੂ ਉਹਦਾ ਅੰਤ ਨਹੀਂ ਪਾ ਸਕਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਨਕਾ ਏਕ ਜਿਸ ਜੀਵ ਬੁਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ ਉਹਦੀ ਮਹਿਮਾ ਹੀ ਨਹੀਂ ਕੀਤੀ ਜਾ ਸਕਦੀ ਭਾਈ ਸਾਹਿਬ ਕਹਿੰਦੇ ਅੱਧੀ ਮਾਤਰ ਦਾ ਵੀ ਇਹ ਸਾਰੇ ਅੰਤ ਨਹੀਂ ਪਾ ਸਕਦੇ ਉਹ ਬੇਅੰਤ ਏਡਾ ਵੱਡਾ ਪਰਮਾਤਮਾ ਅਗੰਮ ਅਤ ਅਗਮ ਆਗਾਦ ਮੀਤਾ ਉਹ ਅਤ ਦਾ ਅਗਮ ਮਨ ਬਾਣੀ ਸ਼ਰੀਰ ਦੀ ਗਮਤਾ ਤੋਂ ਪਰੇ ਉਹਦਾ ਗਿਆਨ ਜਿਹੜਾ ਨਾ ਆਗਾਦ ਗਮਤਾ ਤੋਂ ਪਰੇ ਬੋਧ ਨਹੀਂ ਉਹਦਾ ਕਿਸੇ ਨੂੰ ਵੀ ਮੁਕੰਮਲ ਕੋਈ ਨਹੀਂ ਕਹਿ ਸਕਦਾ ਮਿੱਤਰ ਕਿ ਮੈਂ ਪਰਮਾਤਮਾ ਦਾ ਮੁਕੰਮਲ ਗਿਆਨ ਹਾਸਲ ਕਰ ਲਿਆ ਹੈ ਮੁਕੰਮਲ ਜਾਣਕਾਰੀ ਹਾਸਲ ਕਰ ਲਈ ਜਿਹੜਾ ਪਰਮਾਤਮਾ ਦੇ ਵਿੱਚ ਮਿਲ ਜਾਂਦਾ ਹੈ ਨਾ ਉਹ ਵੀ ਨੇ ਇਹ ਗੱਲ ਕਹਿੰਦਾ ਕਿਉਂ ਮੱਛੀ ਪਾਣੀ ਦੇ ਵਿੱਚ ਆਨੰਦਿਤ ਹੋ ਸਕਦੀ ਜਿਹੜਾ ਪਾਣੀ ਬਾਹਰੋਂ ਪਾਣੀ ਸਮੁੰਦਰ ਵਿੱਚ ਮਿਲ ਗਿਆ ਉਸ ਸਮੁੰਦਰ ਦਾ ਅੰਤ ਲੈ ਲਈ ਥੋੜਾ ਉਹਨੂੰ ਮਾਪਣ ਲਈ ਥੋੜਾ ਮਿਲਿਆ ਉਹ ਤਾਂ ਉਹ ਰੂਪ ਹੋ ਗਿਆ ਜਦੋਂ ਉਹ ਰੂਪ ਹੋ ਗਿਆ ਤੇ ਉਹ ਪਰਤ ਕੇ ਕੀ ਦੱਚੇਗਾ ਦੱਸੇਗਾ ਤਾਂ ਤਾਂ ਦੇ ਵੱਖ ਰਹੇਗਾ ਉਹ ਤਾਂ ਕਤਰੇ ਕਤਰੇ ਵਿੱਚ ਮਿਲ ਗਿਆ ਕੀ ਉਹ ਕੀ ਦੱਸੇਗਾ ਕਿ ਸਮੁੰਦਰ ਇੰਨਾ ਗਹਿਰਾ ਉਦਾ ਰੂਪ ਹੋ ਗਿਆ ਉਹਨੇ ਵੀ ਨਾ ਦੱਸਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਇਸ ਕਰਕੇ ਗੁਰ ਸ਼ਬਦੀ ਆ ਰਾਦੀ ਹੈ ਜਪਿਐ ਨਿਰਮਲ ਬੰਤ ਐਸਾ ਬੇਅੰਤ ਪ੍ਰਮਾਤਮਾ